ਇਸ ਸਮੇਂ ਪੰਜਾਬ ਦੇ ਸਿਰ 'ਤੇ 3,74,000 ਕਰੋੜ ਰੁਪਏ ਦਾ ਕਰਜ਼ਾ ਹੈ, ਜੋ ਕਿ ਪੰਜਾਬ ਦੇ GDP ਤੋਂ 46% ਦੇ ਨੇੜੇ ਪਹੁੰਚ ਚੁੱਕਿਆ ਹੈ। ਪੰਜਾਬ ਦੀ GDP 8,00,000 ਕਰੋੜ ਦੇ ਕਰੀਬ ਹੈ। ਅਜਿਹੇ ਵਿੱਚ ਮਾਨ ਸਰਕਾਰ ਨੇ ਹੋਰ ਕਰਜ਼ਾ ਲੈਣ ਲਈ ਆਪਣੀ ਕਰਜ਼ਾ ਹੱਦ ਵਿੱਚ 10,000 ਕਰੋੜ ਦੇ ਵਾਧੇ ਦੀ ਮੰਗ ਕੀਤੀ ਹੈ, ਜਿਸ ਉੱਤੇ ਵਿਰੋਧੀ ਪਾਰਟੀਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਉੱਤੇ ਕਈ ਵੱਡੇ ਸਵਾਲ ਚੁੱਕ ਰਹੀਆਂ ਹਨ। ਚੋਣਾਂ ਤੋਂ ਪਹਿਲਾਂ ਜਿਹੜੇ ਭਗਵੰਤ ਮਾਨ ਸਾਹਿਬ ਸਟੇਜਾਂ 'ਤੇ ਕਹਿੰਦੇ ਸੀ ਜੀ ਰਵਾਇਤੀ ਪਾਰਟੀਆਂ ਪੰਜਾਬ ਨੂੰ ਖਾ ਗਈਆਂ, ਕਰਜ਼ਾ ਹੀ ਕਰਤਾ, ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ, ਅਸੀਂ 1 ਰੁਪਈਆ ਕਰਜ਼ਾ ਨਹੀਂ ਲੈਣਾ, ਪੰਜਾਬ ਕੋਲ ਤਾਂ ਸਰੋਤ ਹੀ ਬਹੁਤ ਹੈ, 30,000 ਕਰੋੜ ਮਾਈਨਿੰਗ ਤੋਂ ਆ ਜਾਣਾ, 20,000 ਕਰੋੜ ਐਕਸਾਈਜ਼ ਤੋਂ ਆ ਜਾਣਾ, ਇਹ ਤਾਂ ਰਵਾਇਤੀ ਪਾਰਟੀਆਂ ਲੁੱਟ ਰਹੀਆਂ। ਅਤੇ ਜੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਪਹਿਲੀ ਸਰਕਾਰ ਬਣੀ ਹੈ ਸੂਬੇ ਦੀ, ਜਿਹਨੇ 2.5 ਸਾਲਾਂ 'ਚ 1,00,000 ਕਰੋੜ ਦਾ ਕਰਜ਼ਾ ਲੈ ਲਿਆ, ਅਤੇ ਹੁਣ ਇੱਕ ਨਵੀਂ ਚਿੱਠੀ ਲਿਖੀ ਹੈ ਕੇਂਦਰ ਨੂੰ, ਕਹਿੰਦੇ ਜਿਹੜੀ ਪੰਜਾਬ ਦੀ ਸਲਾਨਾ ਇੱਕ ਲਿਮਿਟ ਹੈ ਕਰਜ਼ਾ ਲੈਣ ਦੀ, ਉਹਨੂੰ 30,464 ਕਰੋੜ ਤੋਂ 10,000 ਕਰੋੜ ਹੋਰ ਵਧਾ ਦਿਉ, 40,464 ਕਰ ਦਿਉ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਅੱਜ ਇਹ ਸਵਾਲ ਕਰਦਾ ਕਿ ਸਾਰਾ ਪੈਸਾ ਜਾ ਕਿੱਥੇ ਰਿਹਾ, ਕਿਉਂਕਿ ਡਿਵੈਲਪਮੈਂਟ ਦੇ ਨਾਂ 'ਤੇ ਇੱਟ ਨਹੀਂ ਲੱਗ ਰਹੀ, ਹਾਈਵੇ ਕੋਈ ਨਵਾਂ ਬਣਿਆ ਨਹੀਂ, ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ, ਕੋਈ ਏਅਰਪੋਰਟ ਨਹੀਂ, ਕੋਈ ਹਸਪਤਾਲ ਨਹੀਂ, ਫਿਰ ਕਿੱਥੇ ਗਿਆ ਜਿਹੜਾ 1.25 ਲੱਖ ਕਰੋੜ ਰੁਪਈਆ ਜਿਹੜਾ ਪੰਜਾਬ ਦੇ ਸਿਰ 'ਤੇ ਕਰਜ਼ਾ ਲਿਆ? ਕੀ ਅਰਵਿੰਦ ਕੇਜਰੀਵਾਲ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਅਤੇ ਨੈਸ਼ਨਲ ਲੀਡਰ ਬਣਾਉਣ ਦੇ ਉੱਤੇ ਖਰਚਿਆ ਜਾ ਰਿਹਾ, ਜਾਂ ਹੁਣ ਇਹ 10,000 ਕਰੋੜ ਤਾਂ ਵਧਾਉਣਾ ਕਿ ਕਿਉਂਕਿ ਹਰਿਆਣੇ 'ਚ ਇਲੈਕਸ਼ਨ ਆ ਗਈ ਹੈ, ਪੰਜਾਬ ਨੂੰ ਤਾਂ ਪਲੈਟਫਾਰਮ ਬਣਾ ਲਿਆ ਆਮ ਆਦਮੀ ਪਾਰਟੀ ਨੇ ਕਿ ਪੰਜਾਬ ਦੇ ਸਿਰ 'ਤੇ ਕਰਜ਼ਾ ਚੜਾਓ, ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦਾ ਨਾਂ ਚਮਕਾਓ? ਪਰ ਜਵਾਬਦੇਹੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡੀ ਹੈ, ਤੁਹਾਡੇ ਮੰਤਰੀਆਂ ਦੀ ਹੈ ਕਿ ਪੰਜਾਬ ਨੂੰ ਬਰਬਾਦ ਕਰਕੇ ਕਿਉਂ ਤੁਸੀਂ ਆਮ ਆਦਮੀ ਪਾਰਟੀ ਨੂੰ ਆਬਾਦ ਕਰਨ ਦੇ ਵਿੱਚ ਲੱਗੇ ਹੋ? ਇਹ ਬਹੁਤ ਵੱਡੇ ਸਵਾਲੀਆ ਨਿਸ਼ਾਨ ਨੇ। ਬਿਜਲੀ ਬੋਰਡ ਦਾ ਪੱਠਾ ਬਹਿ ਰਿਹਾ, ਮੁਲਾਜ਼ਮ ਸੜਕਾਂ 'ਤੇ ਬੈਠੇ ਨੇ, ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਕਰਜ਼ੇ 'ਤੇ ਕਰਜ਼ਾ ਲੈ ਕੇ ਕਦੇ ਕਹਿ ਦਿੰਦੇ ਹੋ ਜੀ ਅਸੀਂ ਲੋਨ ਤਾਰਨਾ, ਕੀ ਕਰਜ਼ਾ ਲੈ ਕੇ ਵੀ ਕਦੇ ਕਰਜ਼ਾ ਚੁਕਾਇਆ ਜਾਂਦਾ? ਇਹ ਕਿਹੜੇ ਤੁਹਾਡੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਨਵੀਂ ਤੁਹਾਨੂੰ ਇਕਨੋਮਿਕ ਸਮਝਾਤੀ ਪੰਜਾਬੀਆਂ?